ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਚਰਨਜੀਤ ਸਿੰਘ। ਝੋਨਾ ਤਕਰੀਬਨ ਲੱਗ ਚੁੱਕਾ ਹੈ ਅਤੇ ਝੋਨਾ ਲਾਉਣ ਤੋਂ ਬਾਅਦ ਦੇ ਵਿੱਚ ਆਪਾਂ ਤਿਆਰੀਆਂ ਸਾਰਿਆਂ ਨੇ ਖਿੱਚ ਲਈਆਂ ਨੇ ਵੱਖ-ਵੱਖ ਖਾਦਾਂ ਪਾਉਣ ਦੀਆਂ ਝੋਨੇ ਦੇ ਵਿੱਚ। ਕਈ ਤਰ੍ਹਾਂ ਦੇ ਜ਼ਰੂਰੀ ਤੱਤ ਜਿਹੜੇ ਨੇ ਆਪਾਂ ਨੂੰ ਝੋਨੇ ਦੇ ਵਿੱਚ ਵਰਤਣੇ ਪੈਂਦੇ ਨੇ। ਉਹ ਝੋਨੇ ਦੀ ਲੋੜ ਦੇ ਮੁਤਾਬਕ ਆਪਣੀ ਜ਼ਮੀਨ ਦੇ ਵਿੱਚ ਜਿਨ੍ਹਾਂ ਚੀਜ਼ਾਂ ਦੀ ਕਮੀ ਹੈ ਉਹ ਚੀਜ਼ਾਂ ਆਪਾਂ ਨੂੰ ਪਾਉਣੀਆਂ ਪੈਂਦੀਆਂ ਨੇ। ਵੱਖ-ਵੱਖ ਜਿਵੇਂ ਆਪਣਾ ਸ਼ਡਿਊਲ ਬਣੇ ਨੇ, ਜਾਂ ਆਪਾਂ ਮਿੱਟੀਆਂ ਟੈਸਟ ਕਰਵਾਈਆਂ ਨੇ, ਕਿਸੇ ਨੇ ਜ਼ਿੰਕ ਪਾਉਣੀ ਹੈ, ਸਲਫਰ ਕਿਸੇ ਨੇ ਪਾਉਣੀ ਹੈ, ਕਿਸੇ ਨੇ ਪੋਟਾਸ਼, ਸੁਪਰ ਦੀ ਵਰਤੋਂ ਕਈ ਜ਼ਿਮੀਂਦਾਰਾਂ ਨੇ ਕਰਨੀ ਹੈ, ਜਾਂ ਫਿਰ ਕੁਝ ਕੁ ਜ਼ਿਮੀਂਦਾਰ ਨੇ DAP ਵੀ ਝੋਨੇ ਦੇ ਉੱਪਰ ਪਾਉਂਦੇ ਨੇ, ਜਾਂ ਯੂਰੀਆ ਦੀ ਵਰਤੋਂ ਦਾ ਆਪਾਂ ਲਗਭਗ ਸਾਰੇ ਹੀ ਜ਼ਿਮੀਂਦਾਰ ਜਿਹੜੇ ਆ ਆਪੋ ਆਪਣੇ ਵਿਉਂ ਦੇ ਹਿਸਾਬ ਦੇ ਨਾਲ ਕਰਦੇ ਆ। ਪਰ ਇਹੋ ਹੀ ਖਾਦਾਂ ਪਾਉਣ ਤੋਂ ਪਹਿਲਾਂ ਜੇ ਇਹ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਣੀ ਹੈ, ਇਸ ਵੀਡੀਓ ਦੇ ਵਿੱਚ ਕੁਝ ਕੰਮ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਤੁਸੀਂ ਕੋਈ ਵੀ ਖਾਦ ਕਿਉਂ ਨਾ ਝੋਨੇ ਦੇ ਵਿੱਚ ਪਾਉਣੀ ਹੋਵੇ, ਤੁਸੀਂ ਚਾਹੇ ਤੁਸੀਂ ਜ਼ਿੰਕ ਪਾਉਣੀ ਹੈ, ਚਾਹੇ ਪੋਟਾਸ਼ ਪਾਉਣੀ ਹੈ, ਕੋਈ ਵੀ ਖਾਦ ਪਾਉਣੀ ਹੈ, ਇਹਨਾਂ ਦੇ ਵਿੱਚ ਇੱਥੇ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਜਾਨਣ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ। ਸੋ ਆਪਾਂ ਆਪਣੀ ਗੱਲਬਾਤ ਜਿਹੜੀ ਉਹ ਅੱਗੇ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੇ ਕੋਈ ਨਵੇਂ ਜ਼ਿਮੀਂਦਾਰ ਆਪਣੇ ਚੈਨਲ ਤੱਕ ਪਹਿਲੀ ਵਾਰੀ ਪਹੁੰਚੇ ਨੇ, ਉਹ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਨਾਲ ਇੱਕ ਜਿਹੜਾ ਬੈਲ ਦਾ ਬਟਨ ਹੈ ਉਹ ਵੀ ਤੁਸੀਂ ਦਬਾ ਲਓ, ਤਾਂ ਜੋ ਹੋਰ ਵੀਡੀਓ ਦੇ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਪਹੁੰਚ ਸਕਣ। ਝੋਨਾ ਲੱਗਣ ਤੋਂ ਬਾਅਦ ਦੇ ਵਿੱਚ ਖਾਦਾਂ ਪਾਉਣ ਦੀ ਆਪਣੀ ਪੂਰੀ ਤਿਆਰੀ ਹੈ। ਆਪਾਂ ਨਵੀਆਂ ਝੋਲੀਆਂ ਜਿਹੜੀਆਂ ਬਣਾ ਲਈਆਂ ਨੇ ਖਾਦਾਂ ਪਾਉਣ ਦੇ ਲਈ, ਪਰ ਇੱਥੇ ਆਪਾਂ ਕੁਝ ਚੀਜ਼ਾਂ ਭੁੱਲ ਜਾਂਦੇ ਹਾਂ। ਅਕਸਰ ਆਪਾਂ ਖਾਦਾਂ ਉਹੋ ਹੀ ਪਾਉਂਦੇ ਹਾਂ, ਉਨੀ ਹੀ ਕੁਆਂਟਿਟੀ ਦੇ ਵਿੱਚ ਪਾਉਂਦੇ ਹਾਂ, ਪੈਸੇ ਵੀ ਉਨੇ ਹੀ ਖਰਚਦੇ ਹਾਂ, ਪਰ ਉਹਨਾਂ ਦੇ ਰਿਜ਼ਲਟ ਵੇਖਣ ਨੂੰ ਨਹੀਂ ਮਿਲਦੇ। ਹੁਣ ਉਹ ਰਿਜ਼ਲਟ ਮਿਲਦੇ ਕਿਉਂ ਨਹੀਂ ਗੇ? ਆਪਾਂ ਅਕਸਰ ਕਈ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ, ਨਜ਼ਰ ਅੰਦਾਜ਼ ਕਰਦੇ ਹਾਂ, ਖਾਦਾਂ ਨੂੰ ਆਪਾਂ ਐਵੇਂ ਹੀ ਝੋਨੇ ਦੇ ਵਿੱਚ ਸੁੱਟ ਦਿੰਦੇ ਹਾਂ, ਜਿਹਦੇ ਪਰਿਣਾਮ ਆਪਾਂ ਨੂੰ ਇਹ ਦੇਖਣ ਨੂੰ ਮਿਲਦੇ ਨੇ ਕਿ ਝੋਨੇ ਦੇ ਵਿੱਚ ਉਹਨਾਂ ਖਾਦਾਂ ਦਾ ਕੋਈ ਵੀ ਆਪਾਂ ਨੂੰ ਬੈਨੀਫਿਟ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਦਾ, ਜਾਂ ਫਿਰ ਬਹੁਤ ਘੱਟ ਰਿਜ਼ਲਟ ਜਿਹੜੇ ਆ ਉਹ ਆਪਾਂ ਨੂੰ ਮਿਲਦੇ ਨੇ। ਹੁਣ ਅੱਜ ਦੇ ਸਮੇਂ ਦੇ ਵਿੱਚ ਇਹ ਸਵਾਲ ਜਿਹੜਾ ਹਰ ਇੱਕ ਜ਼ਿਮੀਂਦਾਰ ਦੇ ਮਨ ਦੇ ਵਿੱਚ ਹੈ, ਬਹੁਤ ਜ਼ਿਆਦਾ ਸਵਾਲ ਕਮੈਂਟਾਂ ਦੇ ਵਿੱਚ ਵੀ ਇਹੋ ਹੀ ਆਉਂਦਾ ਹੈ ਕਿ ਕਿਹੜੀ ਖਾਦ ਨੂੰ ਕਿਹੜੀ ਖਾਦ ਦੇ ਨਾਲ ਮਿਕਸ ਕਰੀਏ, ਅਸੀਂ ਆਹ ਖਾਦ ਪਾਉਣੀ ਇਹਦੇ ਨਾਲ, ਇਹ ਦੂਸਰੀ ਖਾਦ ਪਾ ਸਕਦੇ ਹਾਂ ਜਾਂ ਨਹੀਂ। ਕਿਸੇ ਦਾ ਸਵਾਲ ਹੈ ਕਿ ਮੈਂ ਜ਼ਿੰਕ ਪਾਉਣੀ ਇਹਦੇ ਨਾਲ, ਸਲਫਰ ਪਾ ਸਕਦਾ ਵਾਂ, ਸਲਫਰ ਦੀ ਵੀ ਮੈਂ ਵਰਤੋਂ ਜਿਹੜੀ ਇਹ ਕਰਨੀ ਹੈ, ਜਾਂ ਮੈਂ ਪੋਟਾਸ਼ ਨਾਲ ਪਾਉਣੀ ਹੈ, ਜਾਂ ਸਿੰਗਲ ਸੁਪਰ ਫਾਸਫੇਟ ਜਿਹੜੀ ਹੈ ਯੂਰੀਆ ਦੇ ਨਾਲ ਇਹਦੇ ਵਿੱਚ ਜ਼ਿੰਕ ਆਪਾਂ ਪਾ ਸਕਦੇ ਹਾਂ ਜਾਂ ਨਹੀਂ। ਸੋ ਇੱਥੇ ਸਭ ਤੋਂ ਵੱਡੀਆਂ ਜਿਹੜੀਆਂ ਚੀਜ਼ਾਂ ਨੇ ਨਾ ਖਾਦਾਂ ਦੇ ਨਾ ਕੰਮ ਕਰਨ ਦੇ ਪਿੱਛੇ, ਤੁਸੀਂ ਨੋਟ ਕਰ ਸਕਦੇ ਹੋ, ਜੇ ਤੁਸੀਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰਨੀ ਹੈ ਪਹਿਲੀ ਜਿਹੜੀ ਆਪਾਂ ਖਾਦ ਪਾਉਣੇ ਆ ਉਹਦੇ ਵਜੋਂ, ਤਾਂ ਤੁਸੀਂ ਜ਼ਿੰਕ ਦੀ ਵਰਤੋਂ ਜਿਹੜੀ ਹੈ ਉਹਦੇ ਨਾਲ ਕਦੇ ਵੀ ਭੁੱਲ ਕੇ ਵੀ ਨਹੀਂ ਕਰਨੀ। ਜੇ ਜ਼ਿੰਕ ਤੁਸੀਂ ਪਾਉਣੀ ਵੀ ਹੈ ਝੋਨੇ ਦੇ ਵਿੱਚ 21% ਜਾਂ 33%, ਤਾਂ ਘੱਟੋ ਘੱਟ 10 ਤੋਂ 15 ਦਿਨ ਬਾਅਦ ਦੇ ਵਿੱਚ ਉਹ ਜਿਹੜੀ ਹੈ ਤੁਸੀਂ ਆਪਣੀ ਜ਼ਿੰਕ ਹੈ ਝੋਨੇ ਦੇ ਵਿੱਚ ਪਾਉਣੀ ਹੈ। ਇਸੇ ਤਰ੍ਹਾਂ ਕੁਝ ਜ਼ਿਮੀਂਦਾਰ ਜਿਹੜੇ ਨੇ ਉਹ DAP ਦੀ ਵਰਤੋਂ ਵੀ ਕਰਦੇ ਨੇ ਝੋਨਾ ਲੱਗਣ ਤੋਂ ਬਾਅਦ ਦੇ ਵਿੱਚ, ਪਹਿਲੀ ਯੂਰੀਆ ਜਿਹੜੀ ਉਹਦੇ ਵਿੱਚ DAP ਮਿਕਸ ਕਰਕੇ ਕੁਝ 10 ਤੋਂ 15 ਕਿਲੋ ਦੀ ਵਰਤੋਂ ਕਰਦੇ ਨੇ। ਇੱਥੇ ਵੀ ਸੇਮ ਉਹੀ ਗੱਲ ਹੈ ਕਿ DAP ਪਾਉਣ ਤੋਂ ਬਾਅਦ ਦੇ ਵਿੱਚ ਆਪਾਂ ਜ਼ਿੰਕ ਦੀ ਵਰਤੋਂ ਛੇਤੀ ਕੀਤੇ ਝੋਨੇ ਦੇ ਵਿੱਚ ਨਹੀਂ ਕਰਨੀ। ਯੂਰੀਆ ਜਿਹੜੀ ਤੁਸੀਂ ਪਾਉਣੀ ਹੈ ਉਹਦੇ ਨਾਲ ਤੁਸੀਂ 33% ਜ਼ਿੰਕ ਜਿਹੜੀ ਹੈ ਉਹ ਜ਼ਰੂਰ ਮਿਕਸ ਹੋ ਸਕਦੀ ਹੈ, ਤੁਸੀਂ ਉਹਨੂੰ ਮਿਕਸ ਕਰ ਸਕਦੇ ਹੋ। ਇਹਦੇ ਤੋਂ ਇਲਾਵਾ 21% ਵਾਲੀ ਜਿਹੜੀ ਜ਼ਿੰਕ ਆਪਣੀ ਆਉਂਦੀ ਹੈ, ਚਿੱਟੀ ਜੀ ਲੂਣ ਵਰਗੀ ਜਿਹੜੀ ਜ਼ਿੰਕ ਹੁੰਦੀ ਹੈ, ਉਹਨੂੰ ਤੁਸੀਂ ਯੂਰੀਆ ਦੇ ਨਾਲ ਮਿਕਸ ਨਹੀਂ ਕਰਨਾ। ਜੇ ਕਰਨੀ ਵੀ ਹੈ ਤੁਸੀਂ ਤਾਂ ਛੇਤੀ ਤੋਂ ਛੇਤੀ ਉਹਨੂੰ ਜ਼ਮੀਨ ਦੇ ਵਿੱਚ ਜਿਹੜੀ ਹੈ ਖਿਲਾਰਨ ਦੀ ਕੋਸ਼ਿਸ਼ ਕਰਨੀ ਹੈ, ਉਨੀ ਕੀ ਆਪਾਂ ਰਲਾਉਣੀ ਹੈ ਜਿੰਨੀ ਕੁ ਆਪਾਂ ਛੇਤੀ ਛੇਤੀ ਖਿਲਾਰ ਦਈਏ, ਕਿਉਂਕਿ ਉਹ ਜ਼ਿਆਦਾ ਸਮਾਂ ਜੇ ਖਿਲਾ ਆਪਾਂ ਰਲੀ ਰਹਿੰਦੀ ਹੈ ਤਾਂ ਉਹ ਪਾਣੀ ਛੱਡ ਜਾਂਦੀ ਹੈ ਅਤੇ ਨਾਲ ਯੂਰੀਆ ਨੂੰ ਵੀ ਖਰਾਬ ਕਰ ਦਿੰਦੀ ਹੈ। ਪਹਿਲੀ ਯੂਰੀਆ ਜਿਹੜੀ ਕਈ ਜ਼ਿਮੀਂਦਾਰਾਂ ਨੇ ਹੁਣ ਇੱਥੇ ਪਾਉਣੀ ਹੈ, ਉਹ ਪੁੱਛਦੇ ਨੇ ਇਹਦੇ ਨਾਲ ਆਪਾਂ DAP ਅਸੀਂ ਪਾਉਣੀ ਹੈ, ਅਤੇ DAP ਦੇ ਨਾਲ ਅਸੀਂ ਮੈਗਨੀਸ਼ੀਅਮ ਸਲਫੇਟ ਪਾ ਸਕਦੇ ਹਾਂ ਜਾਂ ਨਹੀਂ? ਨਹੀਂ, ਇਹਦੇ ਨਾਲ ਮੈਗਨੀਸ਼ੀਅਮ ਸਲਫੇਟ ਨਹੀਂ ਪੈ ਸਕਦਾ। DAP ਦੀ ਜੇ ਤੁਸੀਂ ਵਰਤੋਂ ਕਰਨੀ ਹੈ ਤਾਂ ਇਹਦੇ ਨਾਲ ਕੋਈ ਵੀ ਸਲਫੇਟ ਫੋਮ ਵਾਲੀ ਖਾਦ ਜਿਹੜੀ ਹੈ ਨਹੀਂ ਪੈ ਸਕਦੀ। ਸੁਪਰ ਦੇ ਨਾਲ ਵੀ ਆਪਾਂ ਮੈਗਨੀਸ਼ੀਅਮ ਕਦੇ ਵੀ ਜ਼ਮੀਨ ਦੇ ਵਿੱਚ ਰਲਾ ਕੇ ਨਹੀਂ ਪਾਉਣਾ। ਪੋਟਾਸ਼ ਨੂੰ ਸੁਪਰ ਦੇ ਨਾਲ ਆਪਾਂ ਜ਼ਰੂਰ ਮਿਕਸ ਕਰ ਸਕਦੇ ਹਾਂ, ਜੇ ਤੁਸੀਂ ਪੋਟਾਸ਼ ਜਿਹੜੀ ਹੈ ਝੋਨੇ ਦੇ ਵਿੱਚ ਪਾਉਣੀ ਹੈ, ਸੁਪਰ ਵੀ ਪਾਉਣੀ ਹੈ, ਤਾਂ ਤੁਸੀਂ ਇਹਨਾਂ ਦੋਵਾਂ ਖਾਦਾਂ ਨੂੰ ਮਿਕਸ ਕਰਕੇ ਪਾ ਸਕਦੇ ਹੋ, ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਜਾਂ ਕੋਈ ਖਤਰਾ ਨਹੀਂ ਹੈ। DAP ਦੇ ਨਾਲ ਵੀ ਤੁਸੀਂ ਜਿਹੜੀ ਇਹ ਪੋਟਾਸ਼ ਮਿਕਸ ਕਰ ਸਕਦੇ ਹੋ। DAP ਨੂੰ ਯੂਰੀਆ ਦੇ ਨਾਲ ਵੀ ਆਪਾਂ ਮਿਕਸ ਕਰਕੇ ਪਾ ਸਕਦੇ ਹਾਂ, ਯੂਰੀਆ ਅਤੇ ਮੈਗਨੀਸ਼ੀਅਮ ਨੂੰ ਵੀ ਤੁਸੀਂ ਆਪਸ ਦੇ ਵਿੱਚ ਮਿਕਸ ਕਰਕੇ ਪਾ ਸਕਦੇ ਹੋ। ਇਹਨਾਂ ਤੋਂ ਬਾਅਦ ਦੇ ਵਿੱਚ ਆਉਂਦੀ ਹੈ ਸਲਫਰ। ਸਲਫਰ ਨੂੰ ਤੁਸੀਂ ਜੇ ਦਾਣੇਦਾਰ ਸਲਫਰ ਹੈ ਆਪਣੇ ਕੋਲ, ਜਿਹੜੀ ਮਸਰਾਂ ਦੀ ਦਾਲ ਵਰਗੀ ਆਉਂਦੀ ਹੈ, ਉਹਨੂੰ ਤੁਸੀਂ ਯੂਰੀਆ ਦੇ ਨਾਲ ਮਿਕਸ ਕਰ ਸਕਦੇ ਹੋ। ਇਹਨਾਂ ਤੋਂ ਇਲਾਵਾ ਜਿਹੜੀਆਂ ਬਾਕੀ ਦੋ ਸਲਫਰਾਂ ਨੇ, ਜਿਵੇਂ 80% ਅਤੇ 90 WDG, ਉਹਨਾਂ ਨੂੰ ਆਪਾਂ ਯੂਰੀਆ ਦੇ ਵਿੱਚ ਮਿਕਸ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਚੰਗੀ ਗੱਲ ਹੈ ਕਿ ਉਹਨਾਂ ਨੂੰ ਆਪਾਂ ਰੇਤ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਮਿਕਸ ਕਰਕੇ ਜੇ ਝੋਨੇ ਦੇ ਵਿੱਚ ਪਾਉਂਦੇ ਹਾਂ, ਤਾਂ ਤੁਹਾਨੂੰ ਉਹਨਾਂ ਤੋਂ ਵਧੀਆ 100% ਰਿਜ਼ਲਟ ਜਿਹੜੇ ਆ ਉਹ ਮਿਲਣਗੇ। ਖਾਦਾਂ ਤੁਸੀਂ ਕੋਈ ਵੀ ਪਾਉਣੀਆਂ ਨੇ, ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਕੋਈ ਵੀ ਖਾਦ ਵਰਤਣੀ ਹੈ, ਪਰ ਇੱਕ ਸਲਾਹ ਜਿਹੜੀ ਤੁਸੀਂ ਹਮੇਸ਼ਾ ਮੇਰੀ ਯਾਦ ਰੱਖਣੀ ਹੈ ਕਿ
तीन खादा कदे भी आप रला के झोने के नहीं पाया, चाहे कोई भी हो, चाहे वह आपस मिक्स हो क्यों ना जाए हो, पर ज़्यादा तो ज़्यादा दो खादा ही आप रला के झोने के पाने की कोशिश करनी है। ज़्यादा खादा जो रला के चक्करों के पाने तो फिर आप बहुते वधिया रिजल्ट लेंदे लेंदे थोड़िया तो भी जाते रहने हैं। इस करके बहुतियां खादा आपां नूं मिक्स करन वाले बन्ने नहीं जाना चाहिए। सो इस वीडियो दे विच यही कोई जानकारी जिहड़ी आपां तुहाडे नाल सांझी करनी सी। जो वीडियो चंगी लगी होर जिमीदारां दे नाल शेयर जरूर कर दिया करो। बहुत बहुत धन्यवाद।